एक दिल दहला देने वाली घटना अमृतसर के नाल जुड़ी हुई है। दरअसल अमृतसर के नज़दीक पैंदा मैता जिसका एक पेट्रोल पंप है, इकबाल पेट्रोल पंप के नाम नाल जाणिया जांदा है, तो उस पेट्रोल पंप के उत्ते एक काम करने वाले कर्मचारी दियां लत्तां दे विच फायर करके तीन अणपछाते नौजवान लुटेरे मोटरसाइकिल ते बह के फरार हो गए ने। पर की सिर्फ गोलियां चलाउणा आए सी, की सिर्फ पेट्रोल पंप ते काम करने वाले करिंदे दे गोलियां मार के भज्जण ही आए सी इह लुटेरे? नहीं, दरअसल लुट की मंशा नाल आए सन ते 25,000 दे करीब रुपए जड़े ने वह भी लुट ले अते नाल दी नाल पेट्रोल पंप ते काम करने वाले करिंदे दे लत्तां दे विच गोलियां भी मार दित्तियां। सीसीटीवी सामने आई है। दरअसल सीसीटीवी दे विच भी साफ दिखाई दे रहा कि किस तरह मोटरसाइकिल ते आउंदे ने, पेट्रोल भरवाउण दा बहाना करदे ने, पैसे लुटदे ने ते नाल दी नाल ही फायर मार के लत्तां दे विच ते उत्थों फरार हो जांदे ने। तीन लुटेरे मोटरसाइकिल ते बहिंदे ने ते भज जांदे ने। तुहानूं दस दईए कि पेट्रोल पंप ते काम करन वाला करिंदा जिहदे पैरां दे विच लत्तां दे विच गोलियां मारियां ने, जिहड़ा पीड़ित है उसदा नाम राहुल है ते पठानकोट दे नाल तल्लुक रखदा है। अमृतसर दे नज़दीक मैते दे विच ਇਹ ਘਟਨਾ ਵਾਪਰੀ ਹੈ ਔਰ ਇਸ ਮਾਮਲੇ ਦੇ ਸੰਬੰਧੀ ਜਿਹੜਾ ਪੀੜਿਤ ਹੈ ਉਸ ਨੂੰ ਬਾਬਾ ਬਕਾਲਾ ਦੇ ਹਸਪਤਾਲ ਦੇ ਵਿੱਚ ਭਰਤੀ ਕਰ ਦਿੱਤਾ ਗਿਆ। ਜ਼ੇਰੇ ਇਲਾਜ ਨੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਰ ਦੂਜੇ ਪਾਸੇ ਜਿੱਥੇ ਇਹ ਜਿਹੜੇ ਲੁਟੇਰੇ ਸੀ ਉਹ ਆਉਂਦੇ ਨੇ, ਸ਼ਰੇਆਮ ਲੁੱਟ ਕਰਦੇ ਨੇ ਅਤੇ ਨਾਲ ਦੀ ਨਾਲ ਹੀ ਉੱਥੋਂ ਫਰਾਰ ਹੋ ਜਾਂਦੇ ਨੇ, ਭੱਜ ਜਾਂਦੇ ਨੇ। ਤਸਵੀਰਾਂ ਸਾਰੀਆਂ ਸੀਸੀਟੀਵੀ 'ਚ ਕੈਦ ਹੋ ਗਈਆਂ ਨੇ। ਪੁਲਿਸ ਦਾ ਕਹਿਣਾ ਹੈ ਕਿ ਹੁਣ ਸੀਸੀਟੀਵੀ ਦੇ ਜ਼ਰੀਏ ਲੁਟੇਰਿਆਂ ਤੱਕ ਪਹੁੰਚ ਕੀਤੀ ਜਾਵੇਗੀ। ਪਰ ਕੀ ਪਹੁੰਚ ਕੀਤੀ ਜਾ ਸਕੇਗੀ, ਲੁਟੇਰਿਆਂ ਤੱਕ ਪਹੁੰਚਿਆ ਜਾਵੇਗਾ? ਕਿਉਂਕਿ ਇਹ ਸਿਰਫ ਲੁੱਟ ਦਾ ਮਾਮਲਾ ਨਹੀਂ ਰਹਿ ਗਿਆ, ਇਹ ਹੁਣ ਇਰਾਦਾ ਕਤਲ ਦਾ ਮਾਮਲਾ ਵੀ ਦੱਸਿਆ ਜਾ ਸਕਦਾ ਹੈ, ਕਿਉਂਕਿ ਸਿੱਧੀਆਂ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਔਰ ਫਾਇਰ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ, ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਜ਼ਰੂਰ ਪੁਲਿਸ ਨੂੰ ਇਸ ਮਾਮਲੇ ਦੇ ਸੰਬੰਧੀ ਵੱਡੇ ਪੱਧਰ ਦੇ ਉੱਤੇ ਐਕਸ਼ਨ ਕਰਨ ਦੀ ਲੋੜ ਹੈ, ਕਿਉਂਕਿ ਇੱਕ ਪਾਸੇ ਲੁੱਟ ਦਾ ਮਾਮਲਾ ਹੁੰਦਾ ਤਾਂ ਭਾਵੇਂ ਕਿਸੇ ਹੋਰ ਪੱਧਰ ਦੇ ਉੱਤੇ ਘੋਖਿਆ ਜਾ ਸਕਦਾ ਸੀ, ਪਰ 25,000 ਰੁਪਏ ਵੀ ਲੈ ਗਏ ਪਰ ਨਾਲ ਦੀ ਨਾਲ ਫੈਰ ਵੀ ਕਰ ਗਏ। ਔਰ ਦੂਸਰੇ ਪਾਸੇ ਜ਼ੇਰੇ ਇਲਾਜ ਜਿਹੜਾ ਪੀੜਿਤ ਹੈ ਉਸ ਵੱਲੋਂ ਵੀ ਆਪਣੇ ਬਿਆਨ ਕਥਿਤ ਤੌਰ 'ਤੇ ਪੁਲਿਸ ਨੂੰ ਦੇ ਦਿੱਤੇ ਗਏ ਨੇ। ਪੁਲਿਸ ਐਕਟਿਵ ਮੋਡ ਦੇ ਵਿੱਚ ਹੁਣ ਇਹਨਾਂ ਹਮਲਾਵਰਾਂ ਨੂੰ ਅਤੇ ਲੁਟੇਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਹੜੇ ਤਿੰਨ ਲੁਟੇਰੇ ਅਤੇ ਹਮਲਾਵਰ ਮੋਟਰਸਾਈਕਲ 'ਤੇ ਬੈਠ ਕੇ ਅਤੇ ਇਕਬਾਲ ਮੋਟਰ ਪੈਟਰੋਲ ਪੰਪ ਤੋਂ ਫਰਾਰ ਹੋ ਜਾਂਦੇ ਨੇ, ਔਰ ਫਰਾਰ ਹੋਣ ਤੋਂ ਬਾਅਦ ਕਿੱਥੇ ਜਾਂਦੇ ਨੇ ਇਹਦਾ ਕੋਈ ਪਤਾ ਨਹੀਂ ਲੱਗਦਾ। ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕੀ ਕੁਝ ਕੀਤਾ ਜਾਂਦਾ, ਪਰ ਫਿਲਹਾਲ ਪੀੜਿਤ ਜਿਹੜਾ ਹੈ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਸੀਸੀਟੀਵੀ ਸਾਹਮਣੇ ਆਈ ਹੈ, ਤੁਹਾਨੂੰ ਨਾਲ ਨਾਲ ਦਿਖਾ ਰਹੇ ਹਾਂ, ਪਰ ਇਸ ਮਾਮਲੇ ਦੇ ਸੰਬੰਧੀ ਪ੍ਰਸ਼ਾਸਨ ਕੀ ਕਰਦਾ ਉਹ ਦੇਖਣ ਵਾਲੀ ਗੱਲ ਹੋਵੇਗੀ। ਜੋ ਵੀ ਹੋਏਗਾ ਦੱਸਦੇ ਰਹਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ ਦੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।